ਸਰਕਾਰੀ ਡਾਕੂਮੈਂਟਸ ਨੇ ਜਿਹੜੇ ਸਰਕਾਰੀ ਕਾਗਜ਼ ਨੇ ਉਹਨਾਂ 'ਤੇ ਬਾਬਾ ਜੀ ਦੀ ਪੈਦਾਇਸ਼ ਲਿਖੀ ਹੈ 1910 ਦੀ। ਇਹਦੇ ਮੁਤਾਬਕ ਬਾਬਾ ਜੀ ਇਸ ਵੇਲੇ 109 ਸਾਲ ਦੇ ਹੋ ਗਏ। ਨੂਰ ਜਹਾਨ ਉੱਥੇ ਪੈਦਾ ਹੋਈ ਸਾਡੇ ਸ਼ਹਿਰ ਸ਼ਾਕਰ ਸਿੱਖਾਂ ਦਾ ਪਿੰਡ ਸੀ। ਉਹ ਸਿੱਖ ਦੇ ਤਿੰਨ ਪੁੱਤ ਸੀ, ਤਿੰਨੇ ਪ੍ਰਵਾਨ ਸੀ। ਉਹ ਰੋਟੀ ਲਿਆਉਂਦੇ, ਗੱਡਾ ਲੱਦ ਕੇ ਲਿਆਉਣਾ। ਬਹੁਤ ਲੋਕਾਂ ਨੇ ਨੱਠ ਕੇ ਲੈ ਲਏ। ਕੈਪ ਤੋਂ 2 ਕਿੱਲੇ ਪਿੱਛੇ ਵਜਵਾ ਗੱਡਾ ਲੱਦਿਆ ਆਉਣਾ, ਗੁੜ ਅਚਾਰ ਗੁੜ। ਉਹਨਾਂ ਨੇ ਕੁੜੀਆਂ ਕੱਢ ਲਈਆਂ ਸਾਰੀਆਂ, ਬੰਦੇ ਵੱਢ ਕੇ ਰਾਵੀ ਛੱਡ ਦੇ। ਉਹਨੇ ਕਿਹਾ ਇੱਧਰ ਤੁਸੀਂ ਵੱਢੀ ਜਾਓ, ਇੱਧਰ ਅਸੀਂ ਵੱਢੀ ਜਾਣੇ ਹਾਂ। ਪਿੰਡਾਂ ਦੇ ਪਿੰਡ ਪੈ ਗਿਆ। ਇਹਨਾਂ ਨੇ ਕਿਹਾ ਤੁਹਾਡਾ ਗੁਰੂ ਮਾਰਿਆ ਮੁਸਲਮਾਨਾਂ ਨੇ, ਇਹਨਾਂ ਨੂੰ ਲੈ ਲਓ। ਲੱਗੇ ਰਹੇ ਬੁੱਧ ਕਹਿਣ, ਉਹਨੂੰ ਕਹਿਣ ਲੱਗਾ ਮੁਸਲੇ ਵੱਢ ਕੇ ਰੱਜ ਗਿਆ, ਮੁਸਲੀਆਂ ਲਿਆਉਣੀਆਂ। ਉਹਨੇ ਕਿਹਾ ਸ਼ਾਮ ਤੱਕ ਤੈਨੂੰ ਰਵਾਂਗੇ। ਲਓ ਜੀ, ਅਸੀਂ ਇਸ ਵੇਲੇ ਬੈਠੇ ਹਾਂ ਚੱਕ ਨੰਬਰ 138-9L, ਜ਼ਿਲ੍ਹਾ ਸਾਹੀਵਾਲ। ਔਰ 138-9L ਦੇ ਵਿੱਚ ਬਾਬਾ ਝੰਡੂ ਸਾਡੇ ਨਾਲ ਨੇ। ਬਾਬਾ ਝੰਡੂ ਦੇ ਬਾਰੇ ਖਾਸ ਗੱਲ ਇਹ ਹੈ ਕਿ ਜਿਹੜੇ ਸਰਕਾਰੀ ਡਾਕੂਮੈਂਟਸ ਨੇ, ਜਿਹੜੇ ਸਰਕਾਰੀ ਕਾਗਜ਼ ਨੇ ਉਹਨਾਂ 'ਤੇ ਬਾਬਾ ਜੀ ਦੀ ਪੈਦਾਇਸ਼ ਲਿਖੀ ਹੈ 1910 ਦੀ। ਇਹਦੇ ਮੁਤਾਬਕ ਬਾਬਾ ਜੀ ਇਸ ਵੇਲੇ 109 ਸਾਲ ਦੇ ਹੋ ਗਏ। 109 ਸਾਲਾਂ ਦੇ ਬਜ਼ੁਰਗ ਸਾਨੂੰ ਸ਼ਾਇਦ ਹੀ ਕੋਈ ਮਿਲੇ ਹੋਣ। ਅਤੇ ਐਡੀ ਵੱਡੀ ਉਮਰ ਦੇ ਵਿੱਚ ਵੀ ਬਾਬਾ ਜੀ, ਮੈਂ ਵੇਖੇ ਕਿ ਪਿੰਡ ਵਿੱਚ ਤੁਰੇ ਫਿਰਦੇ ਸੀ ਔਰ ਉੱਥੇ ਹੀ ਸਾਡੀ ਮੁਲਾਕਾਤ ਹੋਈ ਬਾਬਾ ਜੀ ਝੰਡੂ ਸਾਹਿਬ ਦੇ ਨਾਲ। ਬਾਬਾ ਜੀ, ਹਾਂ, ਪੂਰਾ ਨਾਂ ਤੁਹਾਡਾ? ਹਾਜੀ ਝੰਡੂ। ਬਾਪ ਦਾ ਨਾਂ ਫਤਿਹ? ਹਾਂ, ਹਜ ਦਾ ਨਾਂ ਪਹਿਲੋਂ ਪਹਿਲਾ ਹਜ ਮੈਂ 1800 ਰੁਪਈਏ 'ਚ ਕੀਤਾ, ਦੂਆ ਲੱਖ 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 ਲੱਗਾ। 1800 ਰੁਪਈਏ 'ਚ ਹੱਜ ਕਰ ਲਿਆ? ਹਾਂ, ਕਰਾਚੀਓਂ ਚੜ੍ਹੇ। ਹਰ ਸ਼ਹਿ ਜਿੰਨੀ ਮਰਜ਼ੀ ਲੈ ਜਾਓ। ਸਾਢੇ 6 ਮਹੀਨੇ ਉੱਥੇ ਰਹੇ। ਅੱਛਾ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਮੇਰੇ ਬਾਪ ਦਾ ਨਾਂ ਫਤਿਹ ਮੁਹੰਮਦ। ਅਤੇ ਬਾਬਾ ਜੀ, ਪਿਛਲਾ ਪਿੰਡ ਕਿਹੜਾ ਸੀ ਆਪਣਾ? ਨੂਰਮਹਿਲ। ਨੂਰਮਹਿਲ ਜਿੱਥੇ ਦੀ ਸਰਾਮ ਮਸ਼ਹੂਰ ਸੀ। ਅੱਛਾ ਜੀ, ਸਾਡੇ। ਹਾਂ, ਠੀਕ ਹੈ। ਤਹਿਸੀਲ ਕਿਹੜੀ ਸੀ? ਫਲੌਰ। ਜ਼ਿਲ੍ਹਾ ਜਲੰਧਰ ਪੈ ਗਿਆ? ਹਾਂ, ਜ਼ਿਲ੍ਹਾ ਜਲੰਧਰ। ਨਕੋਦਰ ਨੇੜੇ ਸੀ। ਅੱਛਾ ਜੀ, ਹਾਂ, ਨਕੋਦਰ ਨੇੜੇ ਸੀ ਅਤੇ ਸਾਨੂੰ ਤਹਿਸੀਲ ਫਲੌਰ ਸੀ। ਬਾਬਾ ਜੀ, ਜਿਹੜਾ ਪਿੰਡ ਸੀ ਤੁਹਾਡਾ, ਨਿੱਕਾ ਜਿਹਾ ਸ਼ਹਿਰ ਬਣ ਜਾਂਦਾ ਸੀ? ਹਾਂ, ਸ਼ਹਿਰ ਵੱਡਾ ਸੀ। ਸਾਡੇ ਸਰਾਮ ਮਸ਼ਹੂਰ ਸੀ, ਦੁਨੀਆ ਆਣ ਕੇ ਦੇਖਦੀ ਸੀ। ਅੱਛਾ ਜੀ। ਹਾਂ, 4-5 ਮੰਜ਼ਿਲਾਂ ਉੱਚੀ ਸੀ। ਅੱਛਾ ਜੀ, ਪੱਥਰ ਦੀ ਬਣੀ ਜਾਂ ਹਰ ਜਾਨਵਰ। ਠੀਕ। ਨੂਰ ਜਹਾਨ ਉੱਥੇ ਪੈਦਾ ਹੋਈ ਸਾਡੇ ਸ਼ਹਿਰ। ਅੱਛਾ, ਉਹ ਲੱਗ। ਨੂਰ ਮਹਿਲ 'ਚ ਸਾਰੇ ਮੁਸਲਮਾਨ ਬੈਠੇ ਸੀ? ਹਾਂ, ਹਿੰਦੂ ਵਿਚਾਲੇ ਸੀ, ਮੁਸਲਮਾਨ ਲਾਂਭੇ। ਅੱਛਾ ਅੱਛਾ, ਮਾਲੇ ਲਾਂਭੇ। ਬਹੁਤ ਮੁਸਲਮਾਨ ਦੁਕਾਨਾਂ ਵੀ ਸੀ। ਹਾਂ, ਮੰਡੀ 'ਚ ਇੱਕ ਦੁਕਾਨ ਸੀਗੀ ਮੁਸਲਮਾਨਾਂ ਦੀ, ਹੋਰ ਸਿੱਖਾਂ ਦੀਆਂ, ਹਿੰਦੂਆਂ ਦੀਆਂ। ਬਾਜ਼ਾਰ ਸੀ ਸਾਰਾ, ਅੰਗਰੇਜ਼ ਦਾ ਰਾਜ ਸੀ। ਕੇਕ ਮਠਿਆਈ ਕੱਢਣ, ਜਿਹੜਾ ਨਾ ਕੱਢੇ ਜੁਰਮਾਨਾ ਕਰਦਾ। ਚਾਰ ਚੁਫੇਰੇ ਮੁਸਲਮਾਨ ਸੀ। ਹਾਂ, ਇਹ ਅੰਗਰੇਜ਼ ਦਾ ਲਿਖਿਆ ਸੀ
ਬੁੱਚੜਖਾਨਾ ਸੀ, ਸ਼ਹਿਰ ਦੇ ਬੀਜੀ ਲਿਆਉਣਾ ਹਿੰਦੂਆਂ ਨੇ ਦੇਖਣ ਨੰਗਾ ਗੋਸ਼ ਦੇ, ਉਹਨਾਂ ਨੇ ਪੈਸੇ ਦੇਣੇ ਬਈ ਹੁਣ ਨਾ ਲਿਆਈ। ਹਾਂ ਠੀਕ ਹੈ ਠੀਕ ਹੈ। ਮੁਸਲਮਾਨਾਂ ਵਿੱਚੋਂ ਮਸ਼ਹੂਰ ਮਸ਼ਹੂਰ ਬੰਦੇ ਕਿਹੜੇ ਸੀਗੇ? ਮੇਰਾ ਤਾ ਮੁਜ਼ਕਰ ਚੱਕਦਾ ਜੀ, ਮੇਰੇ ਬਾਬੇ ਦਾ ਨਾਂ ਹਾਕਮ ਸੀ, ਮੁਜ਼ਕਰ ਗੀਮਾ ਚੱਕਦਾ ਸੀ, ਮੇਲਾ ਲੱਗਦਾ ਜੀ ਬਹੁਤ। ਸਿੱਖ ਨਹੀਂ ਸੀ ਉੱਥੇ, ਕਰਾੜ ਸੀ, ਲਾਂਭੇ ਪਿੰਡ ਸਿੱਖਾਂ ਦੇ ਬਹੁਤ ਸੀ। ਜਾਂ ਪਾਕਿਸਤਾਨ ਬਣਿਆ ਸਿੱਖਾਂ ਨਾਲ ਲੜਾਈ ਹੋਈ। ਤੁਹਾਡੀ ਉਮਰ ਕਿੰਨੀ ਸੀ ਜਦ ਪਾਕਿਸਤਾਨ ਬਣਿਆ? 30-32 ਸਾਲ ਦੀ, 30-32 ਸਾਲ ਦੀ ਉਮਰ। ਚੰਗੇ ਜਵਾਨ ਸੀ, ਹੁਣ ਜ਼ਮੀਨ ਬੋਹਣੀ ਸਾਡੀ ਆਪਣੀ ਜ਼ਮੀਨ ਸੀ। ਬਹੁਤ ਤਕਲੀਫ ਲੋਕਾਂ ਨੂੰ ਸਾਰਿਆਂ ਨੂੰ। 6 ਮਹੀਨੇ ਤਾਂ ਬਹੁਤ ਕੱਢਦਾ ਸੀ ਸਾਰੇ ਖੂਹ, ਚੜਸ ਚੜਸ ਮੈਂ ਫੜਿਆ, ਚੜਸ ਫੜਦਾ ਰਿਹਾ। ਖਾਣੀ ਹਰਜਿਆ ਵੱਡਾ ਗੋਸ਼ਤ 5 ਪੈਸੇ ਸੇਰ, ਬੱਕਰੇ ਦਾ 4 ਆਨੇ ਸੇਰ, 4 ਆਨੇ ਸੇਰ। ਪੇੜ ਪੂੜ ਨਹੀਂ ਕਰਨੀ ਬੱਕਰਾ, ਉਹ ਵੀ ਮੋਹਰ ਲੱਗਣੀ ਰੇਜ ਦੀ, ਕਰ ਲਓ ਤੰਦਰੁਸਤ। ਸ਼ਾਹੀਵਾਲ ਦਾ ਨਾਮ ਮਿੰਟ ਕੁਮਰੀ ਸੀ ਸਾਡੇ, ਉਸ ਬਾਹਮਣ ਆਇਆ ਸੀ ਇਹਦੇ ਥਾਣੇਦਾਰ, ਉਹਨੇ ਕਿਹਾ ਕੋਈ ਤੁਹਾਡਾ ਬੰਦਾ ਹੋਵੇ ਮੈਨੂੰ ਦੱਸਿਓ। 5-6 ਪਿੰਡ ਵੀ ਸੀ, ਸ਼ਹਿਰ ਵੀ ਸੀ, ਅਮਨ ਦਾ ਜ਼ਮਾਨਾ ਸੀ। ਇਸੇ ਕੱਢ ਗਿਆ ਸਾਰੀ ਸਰਵਿਸ। ਉਹਦਾ ਨਾਂ ਦੀਨਾ ਨਾਥ ਸੀ, ਫਲੋਰ ਇਹ ਕਿਲ੍ਹਾ ਬਹੁਤ ਵੱਡਾ ਦਰਿਆ ਦੇ ਨਾਲ, ਅਤੇ ਉਹਦੀਆਂ ਵੀ ਕੁੰਜੀਆਂ ਦਿਖਾ ਲਈਆਂ ਸੀ। ਬਾਬਾ ਜੀ ਸਕੂਲ ਹੈ ਸੀ ਉੱਥੇ ਨੂਰਮਹਿਲ ਵਿੱਚ, ਸਕੂਲ ਹੈ ਸੀ? ਸਕੂਲ ਹਾਂਜੀ, ਸਕੂਲ ਬਹੁਤ ਸੀ। ਸਿਰਾਂ ਦੇ ਨਾਲ ਠਾਣਾ ਵੀ ਸੀ, ਸਕੂਲ ਵੀ ਸੀ ਵੱਡਾ ਬਹੁਤ। ਅਸੀਂ ਪੜ੍ਹ ਰਹੇ ਅੜਬ ਸੀਗੇ, ਅਨਪੜ੍ਹ ਸੀ, ਲੜਾਈ ਕਰਨੀ ਐਵੇਂ। 36 ਜ਼ਿਲ੍ਹੇ ਪੰਜਾਬ ਦੇ ਜਿਨ੍ਹਾਂ ਦੀ ਵੰਡ ਹੋਈ ਸਾਰੀ ਦੁਨੀਆ 'ਤੇ ਹੋ ਗਈ, ਫਿਰ ਕਿਹੜਾ ਆ ਗਿਆ ਸਾਰੀ ਦੁਨੀਆ ਨੂੰ ਭਾਈ? 36 ਜ਼ਿਲ੍ਹੇ ਪੰਜਾਬ ਦੇ ਇਹਨਾਂ ਦੀ ਅਸੀਂ ਵੰਡ ਕਰਾਂਗੇ। ਨਹਿਰੂ ਨੂਰ ਕੋਈ ਮਾੜੇ ਦੀ ਗੱਲ ਨਹੀਂ ਨਾ ਸੁਣਦੇ, ਨਹਿਰੂ ਬਹੁਤ ਤਕੜਾ ਸੀ। ਅੰਗਰੇਜ਼ ਨੇ ਕਿਹਾ ਝੰਡੇ ਲਾ ਦਿਓ, ਝੰਡੇ ਲਾ ਤੇ, ਇਹ ਨਹੀਂ ਦੱਸਿਆ ਮੁਸਲਮਾਨ ਇੱਧਰ ਹਿੰਦੂ ਇੱਧਰ, ਇਹ ਨਹੀਂ ਦੇ। ਫਿਰ ਰਾਜ ਨੂੰ ਬੋਲਿਆ ਹੈਡ ਗੰਡਾ ਸਿੰਘ 9 ਵਜੇ ਪਾਕਿਸਤਾਨ, 5 ਜ਼ਿਲ੍ਹੇ ਚੱਟੀ ਚਲਾ ਗਿਆ ਅੰਗਰੇਜ਼। ਜਲੰਧਰ ਨੂੰ ਨੂਰਮਹਿਲੋਂ ਗੱਡੀ ਨਹੀਂ ਸੀ ਆਉਂਦੀ, ਰੇਲ ਸੀ ਜਿਹੜੀ ਇੱਧਰ ਆਉਂਦੀ ਰਿਆਸਤ ਨੂੰ, ਮਿਰਚਨਾਬਾਦ ਭੋਲੇਵਾਲ ਇੱਧਰ ਨੂੰ ਆਉਂਦੀ ਸੀ, ਉਹ ਤੁਰ ਕੇ ਦੁਨੀਆ ਗਈ। ਬਹੁਤ ਮੁਸੀਬਤ ਰਹੀ, ਤੁਰ ਕੇ ਕੈਂਪ ਲੱਗ ਗਏ, ਦੁਨੀਆ 'ਤੇ ਕੈਂਪ ਲੱਗ ਗਏ। ਦਾਦਾ 20-20 ਮੀਲ ਲੰਮਾ, ਰੋਟੀ ਨਹੀਂ ਸੀ ਲੱਭਦੀ, ਬਹੁਤ ਚਿਰ ਲੋਕ। ਇੱਕ ਸ਼ਾਕਰ ਸਿੱਖਾਂ ਦਾ ਪਿੰਡ ਸੀ,
ਉਹ ਸਿੱਖ ਦੇ ਤਿੰਨ ਪੁੱਤ ਸੀ, ਤਿੰਨੇ ਪ੍ਰਵਾਨ ਸੀ। ਉਹ ਰੋਟੀ ਲਿਆਉਂਦੇ, ਗੱਡਾ ਲੱਦ ਕੇ ਲਿਆਉਣਾ। ਬਹੁਤ ਲੋਕਾਂ ਨੇ ਨੱਠ ਕੇ ਲੈ ਲਿਆ। ਕੈਪ ਤੋਂ 2 ਕਿੱਲੇ ਪਿੱਛੇ ਵਾਜੀ ਵਾ ਕਹਿਣਾ, ਪਲਵਾਨ ਬਹੁਤ ਤਕੜੇ, ਗੱਡਾ ਲੱਦਿਆ ਹੋਣਾ ਗੁੜ ਅਚਾਰ ਗੁੜ। ਕਿੰਨੇ ਦਿਨ ਕੈਂਪ ਵਿੱਚ ਬੈਠੇ ਰਹੇ ਤੁਸੀਂ? 2-2.5 ਮਹੀਨੇ ਕੈਂਪ। ਉਹਨਾਂ ਨੇ ਪਹਿਲੀ ਗੱਡੀ ਜਿਹੜੇ ਸਾਰ 'ਚੋਂ ਆਈ ਵਿਆਸਾ ਦਰਿਆ 'ਤੇ ਖੜ੍ਹੀ ਕਰ ਲਈ। ਇੱਧਰ ਜਿਹੜੇ ਮੁਸਲਮਾਨ ਸੀ ਇਹ ਸਿੱਖਾਂ ਦੀਆਂ ਰਾਖੀਆਂ ਕਰਦੇ, ਗਰੀਬ ਸੀ। ਉਹਨਾਂ ਵਿਆਸਾ ਦਰਿਆ 'ਤੇ ਖੜ੍ਹੀ ਕਰਕੇ ਕੁੜੀਆਂ ਕੱਢ ਲਈਆਂ, ਬੰਦੇ ਵੱਢ ਕੇ ਵਿਸੜਦੇ ਦਰਿਆ 'ਤੇ। ਫਿਰ ਲੁਧਿਆਣਿਓਂ ਉਹ ਮੁਸਲਮਾਨ ਬਹੁਤ ਤਕੜੇ, ਉਹ ਗੱਡੀ ਆਈ ਲਾਹੌਰ। ਉਹਨੇ ਕਿਹਾ ਗਾਹ ਨਹੀਂ ਅਸੀਂ ਜਾਣਾ, ਇਹਨਾਂ ਨੇ ਗੱਡੀ ਵੱਢੀ ਆ। ਇਧਰੋਂ ਪਿੰਡੀਓਂ ਆਈ ਗੱਡੀ ਹਿੰਦੂਆਂ ਦੀ, ਰਾਵਲ ਪਿੰਡੀਓਂ, ਇੱਥੇ ਰਾਵੀ 'ਤੇ ਰੋਕ ਲਈ। ਉਹਨਾਂ ਨੇ ਕੁੜੀਆਂ ਕੱਢ ਲਈਆਂ ਸਾਰੀਆਂ, ਬੰਦੇ ਵੱਢ ਕੇ ਰਾਵੀ ਛੱਡ ਦਿੱਤੇ। ਉਹਨੇ ਕਿਹਾ ਇੱਧਰ ਤੁਸੀਂ ਵੱਢੀ ਜਾਓ, ਇੱਧਰ ਅਸੀਂ ਵੱਢੀ ਜਾਣੇ ਹਾਂ। ਫਿਰ ਕਹਿਣ ਲੱਗੇ ਨਹੀਂ ਕੋਈ ਨਹੀਂ ਵੱਢਦਾ, ਮੁਸੀਬਤ ਸੀ। ਰੇਲ ਲਿਆਈ ਫਿਰ ਸਿੱਖ, ਫਿਰੋਜ਼ਪੁਰ ਤਾਂ ਸਿੱਖਾਂ ਦਾ ਹੀ ਸਾਰਾ, ਬਹੁਤ ਸਿੱਖ। ਪਿੰਡਾਂ ਦੇ ਪਿੰਡ ਪੈ ਗਿਆ। ਇਹਨਾਂ ਨੇ ਕਿਹਾ ਤੁਹਾਡਾ ਗੁਰੂ ਮਾਰਿਆ ਮੁਸਲਮਾਨਾਂ ਨੇ, ਇਹਨਾਂ ਨੂੰ ਲੈ ਲਾ ਲੱਗੇ ਰਹਿ। ਕਿਹਨਾਂ ਨੇ ਕਿਹਾ ਗੁਰੂ ਮਾਰਿਆ ਮੁਸਲਮਾਨਾਂ? ਹਾਂ, ਮੁਸਲਮਾਨਾਂ ਨੇ ਗੁਰੂ ਮਾਰਿਆ, ਇਹ ਕਿਹਨਾਂ ਨੇ ਗੱਲ ਕੀਤੀ ਸੀ? ਹਿੰਦੂਆਂ ਨੇ। ਕੈਂਪ ਤੋਂ ਬਾਅਦ ਤੁਸੀਂ ਕਿੱਧਰ ਗਏ? ਕੈਂਪ ਇੱਕ ਤਾਂ ਨਹੀਂ ਸੀ, ਦੁਨੀਆਂ 'ਤੇ ਕੈਂਪ ਹੀ ਕੈਂਪ ਸੀ। ਜਿੱਥੇ ਸ਼ੰਕਰ ਪਿੰਡ ਦੇ ਜਿਹੜੇ 3 ਸਰਦਾਰ ਸੀ ਪਹਿਲਵਾਨ, ਨਕੋਦਰ ਕੈਂਪ ਨਕੋਦਰ ਲੱਗਾ, ਜਿਹੜੇ ਫਲੌਰ ਲੱਗਾ ਨਾ ਕੈਂਪ, ਉੱਥੇ ਹਰ ਗੱਡੀ ਖੜ੍ਹੀ ਹੁੰਦੀ ਸੀ। ਉਹ ਗੱਡੀ ਦੇ ਪਾਕਿਸਤਾਨ ਪਹਿਲੋਂ ਆ ਗਏ। ਉਹ ਲੁਧਿਆਣੇ ਵਾਲੇ ਫਿਰ ਫੈਸਲਾਬਾਦ ਆਏ, ਸਿੱਖਾਂ ਨੇ ਖੂਹਾਂ ਸਿੱਟੀਆਂ, ਕੁੜੀਆਂ ਖੂਹਾਂ ਦੇ ਵਿੱਚ ਚੱਕ ਚੱਕ ਕੇ ਮਾਰੀਆਂ। ਇਹ ਅੱਖੀ ਖੋਲਦੇ ਸੀ, ਅੰਬੀਰ ਤਕੜੇ ਬਹੁਤ ਸੀ। ਸਾਡੇ ਰਿਸ਼ਤੇਦਾਰ ਟੋਡੀਆਂ ਬੈਠੇ ਆ, ਉਹ ਕਹਿੰਦੇ ਖੂਹ ਭਰਿਆ ਸੀ, ਇਹ ਜੇ ਮਿੱਟੀ ਪਾਈ ਆ, ਅੱਗ ਵੀ ਬਾਲੀ ਆ, ਫੇਰ ਹੀ ਬੋ ਆਉਂਦੀ ਆ। ਐਡੀ ਦੁਨੀਆਂ ਤੁਸੀਂ ਨਕੋਦਰ 2.5 ਮਹੀਨੇ ਬੈਠੇ ਰਹੇ ਹੋ? ਹਾਂ। ਫਿਰ ਉੱਥੋਂ ਗੱਡੀ 'ਤੇ ਬਹਿ ਕੇ ਆਏ ਜਾਂ ਤੁਰ ਕੇ ਆਏ? ਨਕੋਦਰੋਂ ਤੁਰ ਕੇ ਜਿਹੜੇ ਜਲੰਧਰ ਤਾਈਂ ਛਾਉਣੀ ਆਏ, ਛਾਉਣੀ ਛਾਉਣੀ ਗੱਡੀ ਖੜ੍ਹੀ ਹੁੰਦੀ। ਅੱਛਾ ਜੀ। ਹਾਂ, ਤੁਰ ਕੇ ਆਏ। ਅੱਛਾ ਅੱਛਾ। ਉਹ 2 ਬੰਦੇ, ਇੱਕ ਗੱਡੀ ਮੂਹਰੇ, ਇੱਕ ਮਗਰ। ਫੌਜੀ ਫੌਜੀ ਆਪਣੇ ਬਹੁਤ ਦੂਰ ਸਿੱਟੇ, ਮਗਰੋਂ ਆਏ। ਉਹ 2-3 ਲੱਖ ਆਦਮੀ ਲੈ ਆਉਂਦੇ। ਬਾਬਾ ਜੀ, ਕਦੇ ਆਪਣਾ ਪਿੰਡ, ਆਪਣਾ ਨੂਰ ਮਹਿਲ ਯਾਦ ਆਉਂਦਾ? ਇਹ ਹੁਣ ਵੀ ਜਾਈਏ ਤਾਂ ਸਾਨੂੰ ਸਭ ਕੁਝ ਪਤਾ। ਹਾਂ, ਹੁਣ ਵੀ ਜਾਈਏ ਹਰ ਜਗ੍ਹਾ ਪਤਾ।
ਜ਼ਮੀਨ ਦਾ ਪਤਾ, ਹਰ ਸ਼ਹਿਰ ਦਾ ਪਤਾ, ਕਿਉਂ ਉਮਰ ਸਿਰ ਸੀ ਉਦੋਂ। ਮੈਂ ਨਹੀਂ ਮਾਰਿਆ, ਮੇਰੇ ਤਾਏ ਦੇ ਪੁੱਤ ਖੜੇ ਸੀ। ਇੱਕ ਕਾਲੀ ਸੀ, ਉਹਦੇ ਲੋਹੇ ਦੀ ਬੜਦੀ ਸੀ, ਉਹ ਖੂਹ ਪੁੱਟਦੀ ਨੰਗਿਆ। ਮੇਰੇ ਤਾਏ ਦਾ ਪੁੱਤ ਕਹਿਣ ਉਹਨੂੰ ਕਹਿਣ ਲੱਗਾ, ਮੁਸਲੇ ਵੱਢ ਕੇ ਰੱਜ ਗਿਆ, ਮੁਸਲੀਆਂ ਲਿਆਉਣੀਆਂ। ਉਹਨੇ ਕਿਹਾ ਸ਼ਾਮ ਤੱਕ ਤੈਨੂੰ ਲਵਾਂਦੇ। ਉਹ ਸਿੱਧਵਾਂ ਨੂੰ ਗਿਆ, ਆਇਆ, ਇਹ ਪੰਜ ਜਣੇ ਤਿਆਰ ਹੋਏ। ਉਹਨੂੰ ਉਹ ਆਉਂਦਾ, ਇੱਕ ਪਾਹ 'ਚ ਫੁੱਟਾਂ ਸੀ, ਵੜ ਗਿਆ। ਉਹਨੇ ਕਿਹਾ ਕਿੱਦਾਂ ਆਏ? ਉਹਨੇ ਕਿਹਾ ਅੱਜ ਤੈਨੂੰ ਦੱਸ ਦਿੰਦੇ ਹਾਂ। ਉਹ ਤਾਰ ਲਾਲ ਨੂੰ ਨੱਠਾ, ਇਹਦੇ ਖੈਰ ਨੇ ਮਾੜੀ ਗਲਾਸੀ ਸਿਰ ਵੱਢ ਕੇ ਲੈ ਗਈ। ਫੇ ਥੋੜ੍ਹਾ ਥੋੜ੍ਹਾ ਕਰਕੇ ਖੂਹ ਛੱਡਦਾ। ਫਿਰ ਮੁਸਲਮਾਨ ਉੱਠ ਖੜੇ ਹੋਏ, ਅੱਠ ਆਦਮੀ ਫੜ ਲਏ। ਸਾਡੀ ਭੂਆ ਪੁੱਤ ਲੰਬੜਦਾਰ ਸੀ, ਉਹਨੇ ਕਿਹਾ ਓਏ ਸਾਡਾ ਚਲਾਨ ਕਰ ਦੇ। ਉਹਨੇ ਕਿਹਾ ਮੈਨੂੰ ਇੰਸਪੈਕਟਰ। ਉਹਨੇ ਕਿਹਾ ਫਿਰ ਵੀ ਤੂੰ ਖਾਣੇਦਾਰ ਹੀ ਲੱਗਣਾ। ਉਹਨੇ ਚਾਲੀਆਂ ਬੰਦਿਆਂ ਦਾ ਕਰ ਦੇ। ਫਿਰ ਸਾਡੇ ਰੇਲ ਨਹੀਂ ਸੀ ਜਾਂਦੀ, ਲਾੜੀਆਂ ਦੇ ਥਰੂ ਫਿਰ ਜਲੰਧਰ ਆਏ। ਜੇਲ ਕਈ ਮੁਸਲਮਾਨਾਂ ਨੂੰ ਖਵਾਉਣ ਵਾਲੇ ਵੀ ਸੀ, ਕੋਈ ਵੱਢਣ ਵਾਲੇ। ਦੋ ਦੋ ਤਿੰਨ ਤਿੰਨ ਦਿਨ ਰੋਟੀ ਨਹੀਂ ਖਾਧੀ, ਭੁੱਖੇ। ਹੁਣ ਕਦੀਏ ਹੋ ਗਿਆ। ਚਲੋ ਬਾਬਾ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ। ਹਾਂ।